ਸਥਾਨਕ ਸ਼ਾਸਤਰੀ ਨਗਰ ਵਿੱਚ ਗੱਡੀ ਪਾਸ ਕਰਨ ਤੇ ਹੋਏ ਤਕਰਾਰ ਵਿੱਚ ਇੱਕ ਨੌਜਵਾਨ ਵੱਲੋਂ ਗੋਲੀ ਚਲਾਉਣ ਦੀ ਖਬਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਗਜੋਰਾਵਰ ਸਿੰਘ ਵਾਸੀ ਸ਼ਾਸਤਰੀ ਨਗਰ ਬਟਾਲਾ ਦਾ ਕਹਿਣਾ ਹੈ ਕਿ ਉਹ ਆਪਣੇ ਦੋਸਤ ਜਸਮੀਤ ਦੇ ਨਾਲ ਜਲੰਧਰ ਰੋਡ ਤੋਂ ਆ ਰਿਹਾ ਸੀ ਕਿ ਰਸਤੇ ਵਿੱਚ ਕਾਰ ਨੂੰ ਅਸੀਂ ਪਾਰ ਕੀਤਾ, ਜਿਸ ਦੇ ਚਾਲਕ ਨੇ ਸਾਡੇ ਪਿੱਛੇ ਗੱਡੀ ਲਗਾ ਦਿੱਤੀ। ਜਦੋਂ ਅਸੀਂ ਸ਼ਾਸਤਰੀ ਨਗਰ ਪੁੱਜੇ ਤੇ ਉਹਨਾਂ ਨੇ ਗੱਡੀ ਸਾਡੇ ਅੱਗੇ ਖੜ੍ਹੀ ਕਰ ਦਿੱਤੀ ਅਤੇ ਤਕਰਾਰ ਕਰਦਿਆਂ ਪਿਸਤੌਲ ਕੱਢ ਲਈ ਅਤੇ ਇੱਕਦਮ ਗੋਲੀ ਚਲਾ ਦਿੱਤੀ, ਜੋ ਸਾਡੀ ਗੱਡੀ ਵਿੱਚ ਵੱਜੀ ਹੈ, ਜਦਕਿ ਉਕਤ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਿਸ ਨੂੰ ਪਤਾ ਲੱਗਣ 'ਤੇ SP ਹੈੱਡਕੁਆਰਟਰ ਗੁਰਪ੍ਰੀਤ ਸਿੰਘ, DSP ਸਿਟੀ ਪਰਮਿੰਦਰ ਕੌਰ ਮੌਕੇ 'ਤੇ ਪੁੱਜੇ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਹੀ ਦੱਸਿਆ ਵਾ ਕਿ ਇਹ ਪਿੱਛੋਂ ਆਪਾਂ ਓਵਰਟੇਕ ਕੀਤਾ ਇਹਨਾਂ ਨੂੰ, ਅੱਗੇ ਕੋਈ ਮਤਲਬ ਰਿਕਸ਼ੇ ਵਾਲਾ ਆਇਆ, ਉਹਨੂੰ ਰਸਤਾ ਦੇਣ ਲੱਗੇ ਅਤੇ ਗੱਡੀ ਦੀ ਬ੍ਰੇਕ ਵੱਜ ਗਈ ਅਤੇ ਪਿਛਲੀ ਕਾਰ ਨੇ ਬ੍ਰੇਕ ਮਾਰੀ। ਉਹ ਇਸੇ ਗੱਲੋਂ ਖਿੱਚ ਕੁੱਝ ਗਏ ਕਿਤੇ ਅਤੇ ਇਹ ਉੱਪਰੋਂ ਦੀ ਆਇਆ ਅਤੇ ਇਹਨਾਂ ਦੇ ਇੱਥੇ ਆ ਕੇ ਇਹਨਾਂ ਨੇ ਪਿੱਛੋਂ ਲਿਆਇਆ ਤੇਜ਼ ਹੀ ਗੱਡੀ, ਇਹਨਾਂ ਦੀ ਕਾਰ ਦੇ ਅੱਗੇ ਵੱਲੋਂ ਨੇ ਆਪਣੀ ਕਾਰ ਰੋਕ ਕੇ ਬਲੋਕ ਕਰਤਾ ਰਸਤਾ ਅਤੇ ਉੱਤਰ ਕੇ ਗਾਲਾ ਗੁਲਾ ਕੱਢਣ ਲੱਗ ਪਿਆ, ਤੈਨੂੰ ਗੱਡੀ ਚਲਾਉਣੀ ਹੁੰਦੀ ਹੈ ਅਤੇ ਕਹਿੰਦਾ ਚਖਾ ਲਾ ਤੂੰ। ਸ਼ਾਸਤਰੀ ਨਗਰ ਦੇ ਵਿੱਚ ਇੱਕ ਦੋ ਗੱਡੀਆਂ ਆਪਸ ਦੇ ਵਿੱਚ ਉਹਨਾਂ ਦਾ ਓਵਰਟੇਕ ਕਰਨ ਤੋਂ, ਇੱਕ ਵਰਨਾ ਕਾਰ ਸੀਗੀ, ਇੱਕ I-20 ਸੀਗੀ, ਓਵਰਟੇਕ ਕਰਨ ਤੋਂ ਉਹਨਾਂ ਦੀ ਆਪਸ ਦੇ ਵਿੱਚ ਬਹਿਸ ਬਸਈਆ ਹੋਇਆ, ਜਿਹਦੇ ਵਿੱਚ ਕਿ ਇੱਕ I-10 ਗੱਡੀ ਵਾਲੇ ਨੇ, ਜਿਹੜਾ ਇੱਕ I-10 ਗੱਡੀ ਦਾ ਚਾਲਕ ਸੀਗਾ ਜਿਹਦਾ ਕਿ ਹਜੇ ਅਨੁਭਵ ਹੈ, ਉਹਨੇ ਆਪਣੇ ਉਹਦੇ ਕੋਲ ਵੈਪਨ ਸੀਗਾ, ਉਹ ਵੀ ਕਲੀਅਰ ਕਰਨਾ ਹੈ ਕਿ ਰਿਵੋਲਵਰ ਸੀ ਜਾਂ ਪਿਸਟਲ ਸੀਗਾ, ਉਹਦੇ ਨਾਲ ਉਹਨੇ ਫਾਇਰ ਕੀਤਾ ਗੱਡੀ ਵਰਨਾ ਗੱਡੀ ਦੇ ਉੱਤੇ, ਤਾਂ ਉਹ ਇੱਕ ਜਗ੍ਹਾ ਵਰਨਾ ਗੱਡੀ ਦੇ ਉੱਤੇ ਲੱਗੀ ਹੈਗੀ। ਮੈਡਮ, ਜਿਹੜੇ ਪੀੜਤ ਸੀ ਉਹਨਾਂ ਦਾ ਕੀ ਕਹਿਣਾ, ਜਾਣਦੇ ਇੱਕ ਦੂਜੇ ਨੂੰ ਜਾਂ ਕਿੱਦਾਂ? ਨਹੀਂ, ਉਹ ਜਾਣਦੇ ਨਹੀਂ ਹੈ। ਕੋਈ ਮਤਲਬ CCTV ਫੁਟੇਜ ਕੋਈ ਚੈੱਕ ਹੋ? ਹਾਂਜੀ, CCTV ਕੈਮਰੇ ਅਸੀਂ ਆਸ ਪਾਸ ਦੇ ਸਾਰੇ ਚੈੱਕ ਕਰ ਰਹੇ ਹਾਂ, ਜੋ ਵੀ CCTV ਫੁਟੇਜ ਆਏਗੀ ਉਸ ਹਿਸਾਬ ਨਾਲ ਅਸੀਂ ਅੱਗੇ ਕਰਾਂਗੇ। ਕੁਛ ਪਤਾ ਲੱਗਾ ਕਿੱਥੋਂ ਦੇ ਇਹ ਹਮਲਾਵਰ? ਨਹੀਂ, ਦੂਸਰੀ ਜਿਹੜਾ ਜਿਹਨੇ ਗੋਲੀ ਚਲਾਈ ਹੈਗੀ ਉਹਦੇ ਬਾਰੇ ਹਜੇ ਫਿਲਹਾਲ ਕੁਛ ਨਹੀਂ ਪਤਾ ਲੱਗਾ, ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਨਹੀਂ, ਉਹ ਜਾਣਦੇ ਨਹੀਂ ਇੱਕ ਦੂਸਰੇ ਨੂੰ, ਸਿਰਫ ਗੱਡੀ ਦੇ। ਹਾਂਜੀ, CCTV ਕੈਮਰੇ ਅਸੀਂ ਆਸ ਪਾਸ ਦੇ ਸਾਰੇ ਚੈੱਕ ਕਰ ਰਹੇ ਹਾਂ, ਜੋ ਵੀ CCTV ਫੁਟੇਜ ਆਏਗੀ ਉਸ ਹਿਸਾਬ ਨਾਲ ਅਸੀਂ ਅੱਗੇ ਤੁਰਾਂਗੇ। ਕੁਛ ਪਤਾ ਲੱਗਾ ਕਿੱਥੋਂ ਦੇ ਹਮਲਾਵਰ? ਨਹੀਂ, ਦੂਸਰੀ ਜਿਹੜਾ ਜਿਹਨੇ ਗੋਲੀ ਚਲਾਈ ਹੈਗੀ ਉਹਦੇ ਬਾਰੇ ਹਜੇ ਕੋਈ ਫਿਲਹਾਲ ਕੁਛ ਨਹੀਂ ਪਤਾ ਲੱਗਾ, ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹੈਗੇ।